फ्रेंड्स प्लीज सब्सक्राइब अवर यूट्यूब चैनल, प्रेस सब्सक्राइब बटन एंड प्रेस बेल आइकन फॉर नोटिफिकेशंस, थैंक यू। सो सारे सब्सक्राइबर्स नू प्यार भरी सत श्री अकाल जी। ते अज दा जिहड़ा अपना ट्यूटोरियल है जी, अज असीं अपलोड कर रहे हैं जी मास्टर सलीम दा सोंग दुख देनी है नहीं, कहड़ा दुख देना ही है। सो जिन्हां वीरां ने चैनल नू सबसक्राइब नहीं किया प्लीज़ चैनल नू जरूर सबसक्राइब कर लो ताकि तुहानू अपडेट्स मिलते रहें, ते नोटिफिकेशनस ते बैल आइकन नू जरूर प्रेस कर देना नोटिफिकेशनस वास्ते ताकि तुहानू नोटिफिकेशनस मिल सकन जदों भी असीं वीडियो अपलोड करते हैं। सो जी वीडियो नू जरूर लाइक कर दिया करो ताकि सानू पता लगे तुहानू कुछ सीखन नू मिलिया। सो जी अज दा जिहड़ा साडा ट्यूटोरियल है जी, वो हैगा जी मास्टर सलीम दा सोंग दुख देनी है नहीं, कहड़ा दुख देना ही है। सो ये है जी राग है जी, इहदा भैरवी राग है ते स्केल दा फोर्थ ब्लैक। सो पहला स्थाई करांगे दा स्थाई, उस तो बाद एक लाइन एक एक लाइन दस के मैं वन फिंगर नाल दसांगा। सो ध्यान नाल देखियो, तुसी इधरों प्ले करना है पर मैं इधरों तुहानू ट्यूटोरियल दस रहा, सब तक दा फर्क है, बाकी कोई फर्क नहीं है स्वर दा। राग है जी पैर भी अज बड़े चीरा बार साड़िया गी की मैया, अज बड़े चीरा बार साड़िया गी की मैया। मन फिंगर नाल दसन लगा जी, ध्यान नाल देखियो। अज बड़े चीरा बार साड़िया गी की मैया, अज बड़े चीरा बार साड़िया गी की मैया। एक बार दोबारा देखो, अज बड़े चीरा बार देखियो, दुख देनी है नी के
ਕਿਹੜਾ ਦੁੱਖ ਦੇਣੇ ਆਈਏ, ਦੁੱਖ ਦੇਣੀਏ ਨੀ ਕੇ, ਦੁੱਖ ਦੇਣੀਏ ਨੀ ਕਿਹੜਾ ਦੁੱਖ ਦੇਣੇ ਆਈਏ। ਨੈਕਸਟ ਲਾਈਨ ਹੈ, ਮੈਨੂੰ ਹੈ ਜੀ ਇਹਦਾ ਸਥਾਈ ਆ ਜੀ। ਨੈਕਸਟ ਹੈ ਅੰਤਰਾ। ਸੋ ਅੰਤਰਾ ਬਣਾਉਂਦੇ ਹਾਂ, ਜਿਹੜਾ ਇਹਦਾ ਅੰਤਰਾ ਹੁੰਦਾ ਜੀ, ਤੁਹਾਨੂੰ ਦੱਸਿਆ ਸੀ ਬੇਸਿਕਲੀ ਅੰਤਰ ਜਿਹੜੇ ਹੁੰਦੇ ਆ ਹਰੇਕ ਸੌਂਗ ਦੇ ਸੇਮ ਹੀ ਹੁੰਦੇ ਆ। ਸੋ ਇਹਦੇ ਵੀ ਸਾਰੇ ਅੰਤਰ ਸੇਮ ਹੀ ਨੇ, ਤੁਹਾਨੂੰ ਇੱਕ ਅੰਤਰਾ ਦੱਸਾਂਗੇ। ਨੈਕਸਟ ਅੰਤਰ ਬਿਲਕੁਲ ਸੇਮ ਕੰਪੋਜ਼ ਹੈ। ਸੋ ਇਸ ਅੰਤਰ ਦੀ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰ ਲੈਣੀ ਆ, ਚੰਗੀ ਤਰ੍ਹਾਂ ਤਿਆਰ ਕਰਕੇ ਉਸ ਤੋਂ ਬਾਅਦ ਪਲੇ ਕਰਨਾ। ਬਾਕੀ ਨੈਕਸਟ ਅੰਤਰ ਬਿਲਕੁਲ ਈਜ਼ੀ ਹੋ ਜਾਣਗੇ ਤੁਹਾਡੇ ਵਾਸਤੇ ਪਲੇ ਕਰਨੇ। ਸੋ ਕਈ ਵੀਰ ਕਹਿੰਦੇ ਨੇ ਨੋਟੇਸ਼ਨ ਵੀ ਪਾਇਆ ਕਰੋ ਨਾਲ। ਸੋ ਅਸੀਂ ਜੀ ਨੋਟੇਸ਼ਨ ਨਹੀਂ ਪਾ ਸਕਦੇ ਨਾਲ, ਤੁਹਾਨੂੰ ਖੁਦ ਮਤਲਬ ਆਪਣੇ ਨੌਲੇਜ ਵਾਸਤੇ ਤੁਹਾਨੂੰ ਸੁਰਾਂ ਦਾ ਪਤਾ ਹੋਣਾ ਚਾਹੀਦਾ ਹੈ ਕਿ ਆਹ ਕਿਹੜਾ ਸੁਰ ਹੈ, ਸਾ ਕਿਹੜਾ ਸਾ, ਕੋਮਲ ਕਿਹੜਾ ਸਾ, ਤੀਵਰ ਕਿਹੜਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਉਹਦੇ ਹਿਸਾਬ ਨਾਲ ਤੁਸੀਂ ਪਹਿਲਾਂ ਨੋਟੇਸ਼ਨ ਆਪਦੀ ਕਾਪੀ 'ਤੇ ਜਾਂ ਕਿਤੇ ਵੀ ਲਿਖ ਲਓ, ਉਸ ਤੋਂ ਬਾਅਦ ਉਹਨੂੰ ਪਲੇ ਕਰੋ ਤਾਂ ਕਿ ਉਹ ਤੁਹਾਡੀ ਸਮਝ ਦੇ ਅਕੋਰਡਿੰਗ ਤੁਸੀਂ ਉਹਨੂੰ ਈਜ਼ੀਲੀ ਪਲੇ ਕਰ ਸਕੋ। ਸੋ ਅਸੀਂ ਨੋਟੇਸ਼ਨ ਨਹੀਂ ਪਾਉਂਦੇ ਜੀ, ਅਸੀਂ ਤੁਹਾਨੂੰ ਈਜ਼ੀ ਵੇ ਦੱਸਦੇ ਹਾਂ ਪਲੇ ਕਰਨ ਦਾ, ਨੋਟੇਸ਼ਨ ਨਹੀਂ ਅਸੀਂ ਪਾਉਂਦੇ। ਸੋ ਅੰਤਰਾ ਦੱਸ ਰਿਹਾ ਜੀ ਮੈਂ, ਇਹਦਾ ਅੰਤਰਾ ਹੈ ਜੀ, ਸੱਚ ਜਾਣ ਤੇਰਾ ਕਿਹੜਾ ਦੁੱਖ ਦੇਣੇ ਆਈਏ, ਦੁੱਖ
ਸੀ ਕਿ ਕਈਆਂ ਕੋਲੋਂ ਸੌਂਗ ਨਹੀਂ ਪਲੇ ਹੋ ਪਾਉਂਦਾ, ਠੀਕ ਹੈ ਨਾ? ਅਤੇ ਤੁਸੀਂ ਇਹ ਨਹੀਂ ਸੋਚਣਾ ਕਿ ਨਹੀਂ ਇਹ ਪਲੇ ਨਹੀਂ ਹੋਏਗਾ। ਸੋ ਉਹਦੀ ਪ੍ਰੈਕਟਿਸ ਕਰੀ ਜਾਓ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ, ਇਸ ਵੀਡੀਓ ਨੂੰ ਤੁਸੀਂ ਵਾਰ ਵਾਰ ਦੇਖੀ ਜਾਓ, ਅਤੇ ਤੁਹਾਨੂੰ ਜ਼ਰੂਰ ਇਹ ਗਾਣਾ ਤੁਹਾਡੇ ਕੋਲ ਪਲੇ ਹੋਏਗਾ, ਈਜ਼ੀਲੀ ਪਲੇ ਹੋਏਗਾ, ਕਿਉਂਕਿ ਅਸੀਂ ਈਜ਼ੀ ਵੇ ਦੱਸਦੇ ਹਾਂ ਤੁਹਾਨੂੰ, ਬਿਲਕੁਲ ਈਜ਼ੀ ਵੇ ਜਿਹਦੇ ਨਾਲ ਤੁਸੀਂ ਗਾਣਾ ਪਲੇ ਕਰ ਸਕਦੇ ਹੋ। ਸੋ ਵੀਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ ਜੇ ਤੁਹਾਨੂੰ ਲੱਗਦਾ ਤੁਹਾਨੂੰ ਕੁਛ ਸਿੱਖਣ ਨੂੰ ਮਿਲਦਾ ਹੈ, ਅਤੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਹੈਲਪ ਮਿਲ ਸਕੇ ਪਲੇ ਕਰਨ 'ਚ। ਸੋ ਨੈਕਸਟ ਟਿਊਟੋਰੀਅਲ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਥੈਂਕ ਯੂ ਜੀ।